ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਦੋਸਤੋ ਸਿਫਤ ਅਕੈਡਮੀ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਇਸ ਵੀਡੀਓ ਵਿੱਚ ਬਹੁਤ ਸੌਖੇ ਤਰੀਕੇ ਨਾਲ ਫਰਦ ਜਮ੍ਹਾਂਬੰਦੀ ਤੁਸੀਂ ਆਪਣਾ ਮੋਬਾਈਲ ਜਾਂ PC ਤੇ ਡਾਊਨਲੋਡ ਕਰ ਸਕਦੇ ਹੋ ਡਿਟੇਲ ਦੇ ਵਿੱਚ ਤੁਹਾਨੂੰ ਜਾਣਕਾਰੀ ਮਹੋਈਆ ਕਰਵਾ ਰਹੇ ਹਾਂ ਬਹੁਤ ਸੌਖੇ ਤਰੀਕੇ ਨਾਲ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਜਾਣਾ ਹੈ plr s.org.in ਤੁਹਾਨੂੰ ਪੀਡੀਐਫ ਡਾਊਨਲੋਡ ਕਰਕੇ ਦਿਖਾਵਾਂਗੇ ਤੁਸੀਂ ਪੀਡੀਐਫ ਡਾਊਨਲੋਡ ਕਰ ਸਕਦੇ ਹੋ ਇਸ ਸਾਈਟ ਤੇ ਤੁਸੀਂ ਜਾਣਾਗਾ ਤੁਹਾਡੇ ਮੋਬਾਈਲ ਦੇ ਵਿੱਚ ਹੀ ਪੀਡੀਐਫ ਹੈ ਜਿਹੜੀ ਉਹ ਡਾਊਨਲੋਡ ਹੋ ਜਾਵੇਗੀ ਠੀਕ ਹੈ ਜੀ ਤਾਂ ਇਸ ਸਾਈਟ ਤੇ ਜਾਣ ਤੋਂ ਬਾਅਦ ਤੁਹਾਡੇ ਸਾਹਮਣੇ ਪੇਜ ਓਪਨ ਹੋਵੇਗਾ نیچے ਤੁਸੀਂ ਦੇਖ ਸਕਦੇ ਹੋ ਗ੍ਰੀਨ ਬਾਕਸ ਬਣਿਆ ਹੋਇਆ ਇੱਥੇ ਤੁਸੀਂ ਕਲਿੱਕ ਕਰੋਗੇ ਜਿੱਥੇ ਫਰਦ ਲਿਖਿਆ ਹੋਇਆ ਠੀਕ ਹੈ ਜੀ ਤਾਂ ਇੱਥੇ ਤੁਸੀਂ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਨੈਕਸਟ ਪੇਜ ਓਪਨ ਹੋਵੇਗਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਇਹ ਪੇਜ ਓਪਨ ਹੋ ਗਿਆ ਇੱਥੇ ਤੁਸੀਂ ਕੀ ਕਰਨਾ ਹੈਗਾ ਇੱਥੇ ਤੁਸੀਂ ਆਪਣਾ ਜ਼ਿਲ੍ਹਾ ਸਿਲੈਕਟ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਆਪਣੀ ਤਹਿਸੀਲ ਸਿਲੈਕਟ ਕਰ ਲੈਣੀ ਹੈ ਪਹਿਲਾਂ ਲੈਂਗੁਏਜ ਸਿਲੈਕਟ ਕਰ ਸਕਦੇ ਹੋ ਤੁਸੀਂ ਇਹਦੇ ਵਿੱਚ ਪੰਜਾਬੀ ਹੀ ਰੱਖਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਤਹਿਸੀਲ ਸਿਲੈਕਟ ਕਰ ਲੈਣੀ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਪਿੰਡ ਸਿਲੈਕਟ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਆਪਣਾ ਈਅਰ ਸਿਲੈਕਟ ਕਰ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈਗਾ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਨਾਮ ਪਾਉਣਾ ਠੀਕ ਹੈ ਜੀ ਤੇ ਜਾਂ ਤੁਸੀਂ ਖੇਵਟ ਨੰਬਰ ਖਤੌਨੀ ਨੰਬਰ ਦੇ ਰਾਹੀਂ ਵੀ ਤੁਸੀਂ ਸਰਚ ਕਰ ਸਕਦੇ ਹੋ ਤੁਹਾਡੇ ਸਾਹਮਣੇ ਪੀਡੀਐਫ ਕਿਵੇਂ ਡਾਊਨਲੋਡ ਹੁੰਦੀ ਹੈ ਸਾਰੀ ਡਿਟੇਲ ਦੇ ਵਿੱਚ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਤੁਸੀਂ ਵੀਡੀਓ ਧਿਆਨ ਨਾਲ ਦੇਖਣਾ ਤਾਂ ਇੱਥੇ ਤੁਸੀਂ ਆਪਣਾ ਪਿੰਡ ਸਿਲੈਕਟ ਕਰ ਲੈਣਾ ਠੀਕ ਹੈ ਜੀ ਤੁਹਾਡੇ ਜ਼ਿਲ੍ਹੇ ਦੇ ਸਾਰੇ ਪਿੰਡ ਆ ਜਾਣਗੇ ਤੁਸੀਂ ਉੱਥੇ ਸਿਲੈਕਟ ਕਰ ਲੈਣਾ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਨੈਕਸਟ ਪੇਜ ਓਪਨ ਹੋਵੇਗਾ ਇੱਥੇ ਤੁਸੀਂ ਕਲਿੱਕ ਕਰ ਦੇਣਾ ਠੀਕ ਹੈ ਜੀ ਜਦੋਂ ਤੁਸੀਂ ਇੱਥੇ ਕਲਿੱਕ ਕਰਦੇ ਹੋ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਨੈਕਸਟ ਪੇਜ ਓਪਨ ਹੋਵੇਗਾ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਪੇਜ ਓਪਨ ਹੋ ਗਿਆ ਇੱਥੇ ਲਿਖਿਆ ਹੋਇਆ ਜਮ੍ਹਾਂਬੰਦੀ ਇੰਤਕਾਲ ਰਜਿਸਟਰੀ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੰਤਕਾਲ ਦੀ ਸਥਿਤੀ ਇਹ ਸਾਰੀ ਡਿਟੇਲ ਆ ਗਈ ਠੀਕ ਹੈ ਜੀ ਤਾਂ ਇੱਥੇ ਦਾ ਆਪਾਂ ਜਮ੍ਹਾਂਬੰਦੀ ਤੇ ਕਲਿੱਕ ਕਰਦੇ ਹਾਂ ਪਹਿਲਾਂ ਉਸ ਤੋਂ ਬਾਅਦ ਤੁਹਾਨੂੰ ਅੱਗੇ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਆਪਾਂ ਜਮ੍ਹਾਂਬੰਦੀ ਤੇ ਕਲਿੱਕ ਕਰ ਦਿੱਤਾ ਦੋਸਤੋ ਤੁਹਾਡੇ ਸਾਹਮਣੇ ਇਹ ਪੇਜ ਓਪਨ ਹੋ ਗਿਆ ਇੱਥੇ ਤੁਸੀਂ ਮਾਲਕ ਦੇ ਨਾਮ ਮੁਤਾਬਕ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ ਖੇਤ ਨੰਬਰ ਮੁਤਾਬਕ ਖਸਰੇ ਨੰਬਰ ਮੁਤਾਬਕ ਤੇ ਖਤੌਨੀ ਨੰਬਰ ਦੇ ਮੁਤਾਬਕ ਤੁਸੀਂ ਜਿਹੜੀ ਆਪਣੀ ਫਰਦ ਦੇਖਣਾ ਚਾਹੁੰਦੇ ਹੋ ਠੀਕ ਹੈ ਜੀ ਤਾਂ ਇਹ ਤੁਹਾਡੇ ਸਾਹਮਣੇ ਪੇਜ ਆ ਗਿਆ ਉਸ ਤੋਂ ਬਾਅਦ ਤੁਸੀਂ ਸਿਲੈਕਟ ਕਰ ਦੇਣਾ ਆਪਾਂ ਨਾਮ ਦੇ ਮੁਤਾਬਕ ਹੀ ਇਸ ਨੂੰ ਡਾਊਨਲੋਡ ਕਰ ਰਹੇ ਹਾਂ ਇੱਥੇ ਤੁਸੀਂ ਆਪਣਾ ਨਾਮ ਪਾ ਦੇਣਾ ਪੰਜਾਬੀ ਦੇ ਵਿੱਚ ਪਾਉਣਾ ਠੀਕ ਹੈ ਜੀ ਜਿਸ ਦੇ ਨਾਮ ਤੇ ਤੁਸੀਂ ਕੱਢਣਾ ਚਾਹੁੰਦੇ ਹੋ ਫਰਦ ਮੰਨ ਲਓ ਆਪਾਂ ਇੱਥੇ ਪਾ ਦਿੱਤਾ ਆਪਾਂ ਇੱਥੇ ਪਾ ਦਨੇ ਆ ਜਗਦੀਪ ਸਿੰਘ ਠੀਕ ਹੈ ਜੀ ਇੱਥੇ ਆਪਾਂ ਪਾ ਦਨੇ ਆ ਜਗਦੀਪ ਸਿੰਘ ਠੀਕ ਹੈ ਜੀ ਇੱਥੇ ਪਾਉਣ ਤੋਂ ਬਾਅਦ ਆਪਾਂ نیچے ਸਕਰੋਲ ਕਰਾਂਗੇ ਉਸ ਤੋਂ ਬਾਅਦ نیچے ਤੁਸੀਂ ਦੇਖ ਸਕਦੇ ਹੋ ਕਲਿੱਕ ਕਰ ਦੇਣਾ ਠੀਕ ਹੈ ਜੀ ਉਸ ਤੋਂ ਬਾਅਦ ਜਿੰਨੇ ਵੀ ਤੁਹਾਡੇ ਪਿੰਡ ਦੇ ਜਗਦੀਪ ਸਿੰਘ ਦੇ ਨਾਮ ਤੇ ਹੋਵੇਗੀ ਤਾਂ ਉਹ ਸਾਰੀ ਡਿਟੇਲ ਆ ਜਾਵੇਗੀ ਉਸ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਫਾਦਰ ਨੇਮ ਜਿਹੜਾ ਸਿਲੈਕਟ ਕਰਨਾ ਉਸ ਤੋਂ ਬਾਅਦ ਸਿਲੈਕਟ ਬਟਨ ਤੇ ਕਲਿੱਕ ਕਰੋਗੇ ਠੀਕ ਹੈ ਜੀ ਇਹ ਤੁਸੀਂ ਨਾਮ ਆ ਜਾਣਗੇ ਤੁਹਾਡੇ ਨਾ ਫਾਦਰ ਦਾ ਨਾਮ ਆ ਜਾਏਗਾ ਤੇ ਤੁਹਾਡੇ ਦਾਦੇ ਦਾ ਨਾਮ ਆ ਜਾਏਗਾ ਠੀਕ ਹੈ ਜੀ ਤੁਸੀਂ ਸਿਲੈਕਟ ਤੇ ਕਲਿੱਕ ਕਰ ਦਿਓਗੇ ਸਿਲੈਕਟ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਨੈਕਸਟ ਪੇਜ ਓਪਨ ਹੋਵੇਗਾ ਠੀਕ ਹੈ ਜੀ ਤਾਂ ਇਹ ਤੁਸੀਂ ਦੇਖ ਸਕਦੇ ਹੋ ਇੱਥੇ ਤੁਹਾਡੇ ਸਾਹਮਣੇ ਨੈਕਸਟ ਪੇਜ ਓਪਨ ਹੋ ਗਿਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈਗਾ ਉਸ ਤੋਂ ਬਾਅਦ ਤੁਸੀਂ ਜਿਹੜਾ ਕੈਪਚਾ ਭਰ ਦੇਣਾ ਠੀਕ ਹੈ ਜੀ ਇੱਥੇ ਤੁਸੀਂ ਕੈਪਚਾ ਭਰ ਦਿਓਗੇ ਆਪਾਂ ਕੈਪਚਾ ਭਰ ਦੇਣੇ ਆ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈਗਾ ਜਦੋਂ ਤੁਸੀਂ ਕੈਪਚਾ ਭਰ ਦਿਓਗੇ ਉਸ ਤੋਂ ਬਾਅਦ ਤੁਸੀਂ ਇੱਥੇ ਆਪਣੀ ਖੇਵਟ ਸਿਲੈਕਟ ਕਰ ਲੈਣੀ ਹੈ ਇੱਥੇ ਅਲੱਗ-ਅਲੱਗ ਖੇਵਟਾਂ ਆ ਜਾਂਦੀਆਂ ਨੇ ਤੁਸੀਂ ਆਪਣੀ ਇੱਕ ਖੇਵਟ ਜਿਹੜੀ ਕੱਢਣਾ ਚਾਹੁੰਦੇ ਹੋ ਜਾਂ ਤੁਸੀਂ 올 ਤੇ ਵੀ ਕਲਿੱਕ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਕਲਿੱਕ ਕਰਨ ਤੋਂ ਬਾਅਦ ਨੀਚੇ ਸਕਰੋਲ ਕਰੋਗੇ ਉਸ ਤੋਂ ਬਾਅਦ 뷰 ਰਿਪੋਰਟ ਤੇ ਕਲਿੱਕ ਕਰ ਦੇਵੋਗੇ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਡੇ ਸਾਹਮਣੇ ਤੁਹਾਡੇ ਜਿਹੜੇ ਪੀਡੀਐਫ ਫਾਈਲ ਕਲਿੱਕ ਹੇਅਰ ਟੂ ਡਾਊਨਲੋਡ ਦਾ ਪੀਡੀਐਫ ਫਾਈਲ ਤਾਂ ਇੱਥੇ ਤੁਸੀਂ ਕਲਿੱਕ ਕਰ ਦੇਵੋਗੇ ਤੁਹਾਡੇ ਸਾਹਮਣੇ ਪੀਡੀਐਫ ਹੈ ਜਿਹੜੀ ਡਾਊਨਲੋਡ ਹੋ ਜਾਵੇਗੀ ਠੀਕ ਹੈ ਜੀ ਇੱਥੇ ਤੁਸੀਂ ਦੇਖ ਸਕਦੇ ਹੋ ਪੀਡੀਐਫ ਡਾਊਨਲੋਡ ਹੋ ਗਈ ਤੇ ਤੁਹਾਡੀ ਜਿਹੜੀ ਫਰਦ ਹੈ ਜਮ੍ਹਾਂਬੰਦੀ ਹੈ ਸਾਰੀ ਡਿਟੇਲ ਤੁਹਾਡੇ ਸਾਹਮਣੇ ਆ ਜਾਵੇਗੀ ਇਸ ਤਰ੍ਹਾਂ ਤੁਸੀਂ ਜਿਹੜਾ ਪੀਡੀਐਫ ਰਾਹੀਂ ਤੁਸੀਂ ਫਰਦ ਜਾਂ ਜਮ੍ਹਾਂਬੰਦੀ ਡਾਊਨਲੋਡ ਕਰ ਸਕਦੇ ਹੋ ਇਹੀ ਜਾਣਕਾਰੀ ਲੈ ਕੇ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ